ਰਹਿ ਰਿਹਾ ਪਹਿਲੇ ਤੁਸੀਂ ਨੇ ਵਾਲਦ ਸਾਹਿਬ ਦਾ ਕਰਨੇ ਦੇ ਸਾਰਾ ਸਿਸਟਮ ਹੈ ਤੇ ਮੈਨੂੰ ਦੱਸੋ ਕਿ ਕਿਤਨਾ ਡਿਫਰੈਂਸ ਹੈ ਉਸ ਦੌਰ ਆ ਦੌਰ ਨੇ ਵਿੱਚ ਕੀ ਫਰਕ ਤਾਂ ਕਿਹਾ ਸਾਂ ਟੋਲ ਵਿੱਚ ਚੇਂਜਿੰਗ ਆਈ ਕੋਈ ਚੇਂਜਿੰਗ ਬੜੀ ਆਈ ਹੈ ਕਿਆ ਕਿਸ ਕਿਸਮ ਦੀ ਚੇਂਜਿੰਗ ਔਰ ਜਿਹੜੇ ਉਸ ਨਾਲ ਪਹਿਲੇ ਤੁਸੀਂ ਨੇ ਵਾਲਦ ਸਾਹਿਬ ਦਾ ਕਰਨੇ ਦੇ ਸਾਰਾ ਸਿਸਟਮ ਹੈ ਤੇ ਮੈਨੂੰ ਦੱਸੋ ਕਿ ਕਿਤਨਾ ਡਿਫਰੈਂਸ ਹੈ ਉਸ ਦੌਰ ਆ ਦੌਰ ਨੇ ਵਿੱਚ ਕੀ ਫਰਕ ਤਾਂ ਕਿਹਾ ਸਾਂ ਟੋਲ ਵਿੱਚ ਚੇਂਜਿੰਗ ਆਈ ਕੋਈ ਚੇਂਜਿੰਗ ਬੜੀ ਆਈ ਹੈ ਕਿਆ ਕਿਸ ਕਿਸਮ ਦੀ ਔਰ ਜਿਹੜੇ ਮਸੀਕੀ ਦੇ ਲਿਹਾਜ਼ ਪਰ ਠੀਕ ਹੈ ਜੀ ਹਰ ਦੌਰ ਵਿੱਚ ਮਸੀਕੀ ਦੀ ਜ਼ਬਾਨ ਇੱਕ ਹੀ ਹੈ ਬਿਲਕੁਲ ਠੀਕ ਹੈ ਤੇ ਕੋਈ ਥੋੜ੍ਹਾ ਜਨਾਬ ਵਾਲਾ ਇਹ ਜ਼ਰਾ ਅਪ ਹੋਈਤਾ ਕਰਨਾ ਕੋਈ ਲੋ ਹੋਈਤਾ ਕਰਨਾ ਠੀਕ ਇਸ ਲਈ ਮਸੀਕੀ ਨਾਲ ਹਿਸਾਬ ਹੋਣਾ ਹੈ ਆਪਣੇ ਆਪਣੇ ਬੰਦੇ ਨਾਲ ਹੱਥ ਹੋਣਾ ਹੈ ਠੀਕ ਹੈ ਬਾਕੀ ਇਹ ਹੈ ਬਈ ਇਹ ਮਸੀਕੀ ਦੀ ਜ਼ਬਾਨ ਇੱਕ ਹੀ ਹੈ ਠੀਕ ਅਤੇ ਬਾਕੀ ਇਲਮ ਹੈ ਜਿਹੜਾ ਦੁਨਿਆਵੀ ਦੀਨੀ ਇਲਮ ਉਹ ਕੁਝ ਹੋਰ ਸਾਹਿਬ ਹੈ ਇਹ ਇਲਮ ਹੈ ਮਸੀਕੀ ਹੈ ਸਹੀ ਸਹੀ ਠੀਕ ਹੈ ਜੀ ਇਹ ਜ਼ਰਾ ਥੋੜ੍ਹੀ ਮੁਸ਼ਕਲ ਹੋਣੀ ਹੈ ਅਤੇ ਇਸ ਦੇ ਵਿੱਚ ਜ਼ਿੰਦਗੀ ਸਰਫ ਹੋ ਜਾਣੀ ਹੈ ਅਸਾਂ ਜ਼ਿੰਦਗੀ ਸਰਫ ਕਰੀ ਉੜੀ ਹੈ ਅਸਾਂ ਅਜਾ ਵੀ ਆਉਣਾ ਕਿ ਅਸਾਂ ਸਿੱਖਾਂ ਹੀ ਠੀਕ ਹੈ ਅਸਾਂ ਜ਼ਿੰਦਗੀ ਸਰਫ ਕਰੀ ਉੜੀ ਹੈ ਮੇਰੀ ਕਮ ਸੇ ਕਮ 50-52 ਸਾਲ ਹੋਈ ਹੈ ਮਾਸ਼ਾ ਅੱਲਾਹ ਜਾ ਜ਼ਬਰਦਸਤ ਅਤੇ ਬਲਕਿ ਤੁਸਾਂ ਨੇ ਬਜ਼ੁਰਗਾਂ ਦੀਆਂ ਸ਼ਾਦੀਆਂ ਅਸਾਂ ਕਮਾਈਆਂ ਚਾਚਾ ਉਸ ਲਈ ਟੋਲ ਮਾਰ ਰਹੇ ਸੀ ਜਿਸ ਲਈ ਅਸਾਂ ਪੈਦਾ ਹੀ ਨਾ ਹੋਏ ਸੀ ਤੇ ਹੁਣ ਜਨਾਬ ਵਾਲਾ ਅੱਗੋਂ ਅੱਲਾ ਖੈਰ ਕਰੇ ਸ਼ਾਦੀ ਪਰ ਮੈਂ ਤੁਸਾਂ ਮਾਰਿਆ ਤੁਸਾਂ ਨੇ ਅੱਬੇ ਨਾਲ ਸ਼ਾਦੀ ਚ ਮੈਂ ਤੇ ਦਾਲਤ ਹੋਣਾ ਸੀ ਅਸਾਂ ਦੋਏ ਅਸਾਂ ਗਏ ਆ ਤੁਸਾਂ ਨੇ ਬਜ਼ੁਰਗਾਂ ਨੇ ਬਾਬੇ ਆਜ਼ਮ ਨੇ ਸ਼ਾਦੀ ਕਰ ਸਕਦੇ ਹਾਂ ਜਜ਼ਾ ਅੱਲਾ ਤੇ ਬਾਕੀ ਉਸ ਦੌਰ ਵਿੱਚ ਜਿਸ ਦਾ ਟੋਲ ਮਾਰ ਰਹੇ ਸੀ ਉਹ ਜ਼ਾਹਿਰ ਮਾਲੀ ਲਿਹਾਜ਼ ਨਾਲ ਉਸ ਦਾ ਬੰਦੇ ਇਸ ਤਰੀਕੇ ਨਾਲ ਨਹੀਂ ਹੋਣੇ ਸੀ ਅੱਜ ਅਲਹਮਦੁਲਿਲਾ ਠੀਕ ਠਾਕ ਹੋਈ ਜਾ ਜੇ ਜੇ ਹਰ ਬੰਦਾ ਲੈ ਕਰਨਾ ਜੀ ਸਾਡੇ ਵੀ ਕੋਈ ਹਰ ਬੰਦਾ ਉਸ ਲਿਹਾਜ਼ ਨਾਲ ਤੁਸਾਂ ਨਾਲ ਕੋਈ ਸਿਸਟਮ ਠੀਕ ਹੋਇਆ ਪਿਛਲੇ ਦੌਰ ਹੀ ਤਾਂ ਹੁਣ ਦੇ ਦੌਰ ਹੀ ਸ਼ੁਕਰ ਅਲਹਮਦੁਲਿਲਾ ਜੀ ਲੱਖ ਲੱਖ ਸ਼ੁਕਰ ਹੈ ਕਿਹੜੀ ਯਾਰ ਟੋਲ ਮਾਰਿਆ ਨਾ ਜ਼ਿਆਦਾ ਮਜ਼ਾ ਆਇਆ ਉਸਾਂ ਕੀ ਕੋਈ ਯਾਦ ਹੈ ਜ਼ਿੰਦਗੀ ਪੂਰੀ ਗੱਲ ਇਹ ਆ ਅਸਾਂ ਕੀ ਟੋਲ ਆ ਸਾਰੀ ਜਗ੍ਹਾ ਹੋਣਾ ਲੇਕਿਨ ਬੰਦਾ ਯਾਦ ਹੋਣਾ ਨਾ ਜੀ ਕੋਈ ਵਾਕਿਆ ਜੀ ਆ ਜਿੱਥੇ ਅਸਾਂ ਕੀ ਗੌਰ ਲਾਈ ਤਾਂ ਸੁਣਨੇ ਲਾਵੇ ਉੱਥੇ ਅਸਾਂ ਕੀ ਜ਼ਿਆਦਾ ਮਜ਼ਾ ਸਹੀ ਸਹੀ ਦਾਦ ਨਹੀਂ ਗੱਲ ਹੋਣੀ ਹੈ ਨਾ ਤੇ ਜੇ ਅਸਾਂ ਢੋਲ ਇੱਧਰ ਵਜਾਣੇ ਹੋਏ ਤੁਸੀਂ ਮੂੰਹ ਉੱਧਰ ਕੀਤੇ ਆ ਭਾਵੇਂ ਅਸਾਂ ਕੇ ਲੱਖ ਰੁਪਇਆ ਵੀ ਦੇਈ ਜੋੜੋ ਨਾ ਚਲੋ ਠੀਕ ਹੈ ਜਿਹੜੇ ਮੁਕੱਦਰ ਸਾੜਿਆ ਰੋਜ਼ੀ ਕਿੰਨੀ ਜਾਣੇ ਆ ਮਗਰ ਅਸਾਂ ਕੇ ਗੌਰ ਲਾਈ ਤੇ ਜੇ ਬੁਲਾਣੇ ਹੋ ਅਸਾਂ ਕੇ ਗੌਰ ਲਾਈ ਤੇ ਸੁਣੋ ਵੀ ਕੋ ਫਰਮਾਇਸ਼ ਬਾਓ ਕਿ ਤਾਂ ਤੇ ਅਸਾਂ ਖੁਸ਼ ਹੋਈ ਤੇ ਫਿਰ ਅਸਾਂ ਸੁਣਾ ਬੜੀ ਮਿਹਰਬਾਨੀ ਚਾਚਾ ਜੀ ਬਹੁਤ ਖੁਸ਼ੀ ਮੁਲਾਕਾਤ ਕਰੀ ਤੁਸਾਂ ਨੇ ਵੀ ਮਿਹਰਬਾਨੀ ਪੁੱਤਰ ਜਿਹੜਾ ਅਸਾਂ ਕੇ ਤੁਸਾਂ ਟਾਈਮ ਦਿੱਤਾ
بہت بہت مہربانی، بہت بہت شکریہ سنن، تھینک یو سر، جزاک اللہ.